ਅੰਗਰੇਜ਼ੀ ਸੀਟ ਤੇ ਬਹਿਣ ਵਾਲੇ ਹੋ ਠੀਕ ਹੋ ਉਹ ਜੇ ਚਾਰ ਅੱਖਰ ਪੜੇ ਹੁੰਦੇ ਨਾ ਤੇ ਤੈਨੂੰ ਇੰਨਾ ਪਤਾ ਹੁੰਦਾ ਵੀ ਜੇ ਲੋਨ ਲਿਆ ਤੇ ਚੈੱਕ ਜ਼ਰੂਰ ਕਰਨਾ ਆਉਣਗੇ ਉਦੋਂ ਦਫਾ ਹੋ ਯਾਰ ਤੈਥੋਂ ਕਿਸੇ ਨੇ ਸਲਾਹ ਮੰਗੀ ਹੈ ਉਹੀ ਆ ਗਿਆ ਚਲੇ ਤੈਨੂੰ ਉੜ ਪਾਉਣ ਉਹ ਸਲਾਹ ਮੰਗੀ ਹੁੰਦੀ ਨਾ ਤੇ ਆ ਮੂੰਹ ਸੁੱਟ ਕੇ ਨਾ ਬੈਠੇ ਹੁੰਦੇ ਮਿੱਠੇ ਹੋਰ ਕਰ ਵੀ ਕੀ ਸਕਦੇ ਆ ਪੁੱਤ ਵੇਖਦਾ ਹੀ ਹੁਣ ਤਾਂ ਮਿੱਠਾ ਬਾਈ ਨੂੰ ਜ਼ਹਿਰਤ ਕਾ ਲੱਗਦਾ ਪਰ ਕਰ ਤਾਂ ਬਹੁਤ ਕੁਝ ਸਕਦੇ ਆ ਦੱਸ ਪੁੱਤ ਕੀ ਕਰਨਾ ਦੇਖਦਾ ਹੀ ਜਿਵੇਂ ਆਪਾਂ ਵਿਆਹ ਸ਼ਾਦੀ ਚ ਪਿੰਡਾਂ ਚ ਮੰਜੇ ਬਿਸਤਰੇ ਇਕੱਠੇ ਕਰਦੇ ਆ ਉਵੇਂ ਚਾਰ ਕਿਸੇ ਦੇ ਡੰਗਰ ਇਕੱਠੇ ਕਰਕੇ ਜਿੱਦਣ ਦੇਖਣਾ ਹੈ ਵਿਖਾ ਦਿਓ ਫਿਰ ਆ ਬਸ ਜ਼ਿਆਦਾ ਨਹੀਂ ਓਵਰ ਨਹੀਂ ਪਹਿਲਾਂ ਵੀ ਤੁਸੀਂ ਸੰਗਲ ਲੱਗੇ ਹੋ ਟੋਚਣ ਵਾਸਤੇ ਉਹ ਤਾਂ ਤੁਸੀਂ ਮੋੜਿਆ ਨਹੀਂ ਥੋੜਾ ਕੀ ਪਤਾ ਮੱਝ ਮੋੜੋਗੇ ਨਾ ਮੋੜੋ ਉਹ ਬਾਈ ਮੱਝ ਦਾ ਕਿਹੜਾ ਪਟੋਚਣ ਪਾ ਲੈਣਾ ਮੋੜ ਦਾਂਗੇ ਬਾਲੀ ਮਜਬੂਰੀ ਆ ਵੀਰੇ ਤਾਂ ਕਹੀ ਜਾਂਦਾ ਉਹ ਸਾਡੀ ਬਾਲੀ ਮਜਬੂਰੀ ਆ ਭਾਈ ਦੂਜੇ ਬੰਦੇ ਤੋਂ ਮੱਝ ਉਪਰਾ ਕਰਦੀ ਆ ਉਪਰੇ ਨੂੰ ਆਪਾਂ ਤਾਂ ਕਰਦੇ ਬੰਦੇ ਆ ਯਾਰ ਮੱਝ ਨੂੰ ਆਪਾਂ ਕਰਦੇ ਜੀ ਵਾਂਗੂ ਰੱਖਾਂ ਕਿਤੇ ਡਰਦਾ ਕਿਉਂ ਬਈ ਆਪਣਾ ਜਵਾਬ ਹੈ ਜੇ ਚਾਹ ਪਾਣੀ ਪੀਣੀ ਆ ਤਾਂ ਦੱਸ ਭਾਈ ਜਿੱਤਿਆ ਮੱਝ ਤੇ ਲੈ ਜਾ ਕੱਟੀ ਮੱਝ ਬਗੈਰ ਜੀ ਨਹੀਂ ਲਾਉਂਦੀ ਨਾਲ ਹੀ ਲੈ ਕੇ ਜਾਣੀ ਪਊ ਉਹ ਮਾਤਾ ਕੱਟੀ ਦਾ ਜੀ ਮੈਂ ਆਪੇ ਲਵਾ ਲੂ ਨਾਲ ਹੀ ਲੈ ਜੂਗਾ ਕੋਈ ਗੱਲ ਨਹੀਂ ਲੈ ਜਾ ਖੋਲਾਂ ਖੋਲ ਲੈ ਬੜੇ ਮੈਂ ਦੋ ਵਾਰੀ ਖਾਂਦੀ ਓ ਕੋਈ ਨਾ ਚਾਰ ਦਾਂਗੇ ਬੜੇ ਮੇ ਵੀ ਬੰਦਾ ਕੋਈ ਦੁੱਧ ਮੰਗਣ ਆਉਂਦਾ ਕੋਈ ਲੱਸੀ ਮੰਗਣ ਆਉਂਦਾ ਤੂੰ ਤਾਂ ਮੱਝ ਹੀ ਮੰਗਣ ਆ ਗਿਆ ਚਾਚਾ ਹੈ ਕੋਈ ਮਜਬੂਰੀ ਨਾਲੇ ਮੈਂ ਕਿਹੜਾ ਤੇਰੀ ਮੱਝ ਵੇਚ ਦੇਣੀ ਸੋਨੇ ਤੈਨੂੰ ਦੁੱਧ ਵੀ ਕੱਢ ਕੇ ਹੀ ਦਊਂਗਾ ਚਲੋ ਠੀਕ ਹੈ ਪਰ ਮੱਝ ਦੀ ਇੱਕ ਟਾਈਮ ਮਾਲਿਸ਼ ਕਰਨੀ ਪੈਂਦੀ ਹੈ ਅੱਛਾ ਕਰ ਦੂੰਗਾ ਦੋ ਟਾਈਮ ਕਰ ਦੂੰ ਤੂੰ ਮੱਝ ਵੇੜੇ ਵਿੱਚ ਮੋਗੇ ਦੀ ਵੱਡੀ ਲਾ ਰੱਖੀ ਹੈ ਮੇਰਾ ਮੱਝਾਂ ਡਾਉਣ ਵਾਸਤੇ ਭਰੇ ਜਗਨ ਛੱਡੀ ਰਹੇ ਨੇ ਬਾਪੂ ਇੱਕ ਅੱਧੇ ਦਿਨ ਦੀ ਗੱਲ ਆ ਮੁੜ ਕੇ ਠੀਕ ਹੋ ਜਾਣਾ ਸਾਰਾ ਐਵੇਂ ਕਾਹ ਤੂੰ ਕੜਪੀ ਜਾਣਾ ਠੀਕ ਹੋ ਜਾਣਾ ਛੁੱਟੀ ਲੈ ਯਾਰ ਮਾਤਾ ਹਾਂ ਨਾਲੇ ਤੁਸੀਂ ਨਾ ਮੱਝਾਂ ਨਾਲ ਦੋਨੇ ਜਣੀਆਂ ਚੰਗੀ ਤਰ੍ਹਾਂ ਫਰੈਂਡਲੀ ਹੋ ਜਾਓ ਇੰਸਪੈਕਟਰ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਮੱਝਾਂ ਇਹਨਾਂ ਦੀਆਂ ਨਹੀਂ ਹੈਗੀਆਂ ਪੁੱਤ ਮੱਥੇ ਤੇ ਫੁੱਲ ਵਾਲੇ ਮੈਨੂੰ ਮਾਰਨ ਪੈਂਦੀ ਆ ਵੀਰੇ ਤੂੰ ਫੋਨ ਮਾਰ ਕੇ ਪੁੱਛ ਕਿਉਂ ਨਹੀਂ ਲੈਂਦਾ ਇੰਸਪੈਕਟਰ ਨੂੰ ਕਿਉਂ 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 ਜਾਂ ਤਾਂ ਵੀਡੀਓ ਕਾਲ ਤੇ ਉਹਨੂੰ ਮੱਝਾਂ ਦਿਖਾ ਦੇ ਆਹੋ ਅਗਲਾ ਸੀਰੀ ਲੱਗਿਆ ਹੋਇਆ ਨਾ ਮੇਰੇ ਮੈਂ ਉਹਨੂੰ ਵੀਡੀਓ ਕਾਲ ਕਰਾਂ ਤੇ ਕਹਦਾ ਵੀ ਹਾਂਜੀ ਆ ਮੇਰੀਆਂ ਮੱਝਾਂ ਦੇਖ ਲਓ ਉਹ ਪੀ ਲੈ ਯਾਰ ਤੂੰ ਵੀ ਲੱਗ ਰਹੀ ਮਰੀ ਜਾਂਦੀ ਕਿਉਂ 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 ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਇਹ ਕੀ ਹੈ ਵੀ ਸਰ ਸਰ ਮੱਝਾਂ ਦੇ डेयरी फार्म ते पास है मज्जा घर च बन्नी बैठे हो डेयरी फार्म कि सर जी घर के ताम बनिए भी सानू लगे घर ही चेक करना आनी है ये कौन है चाचे का मुंडा जी ठीक है डेयरी फार्म दिखाओ मैं दिखा दें जी चल भाई खोल मजा हां हां आना मैं मैं अर्जेंट कॉल आ गई डेयरी फार्म तो मिलते हैं ठीक है जी है ना हाँ जी हाँ जी है जी तुम उठे आ जाओ तुम आ जाओ उठे बुखार है तुम डेयरी नाले टूट गई जी हाँ तेनू रोटी जिले खाने पेंदी अज ओ इना शक नहीं करी दा हुंदा शरीका दे भरावा बहुती गल ना तेरा डेयरी फार्म दा हल भी कर सकदा पत किवें आ जाना मिठा काम ਉਹ ਤੂੰ ਦੱਸਣਾ ਦੱਸ ਦੇ ਨਹੀਂ ਦਫਾ ਹੋ ਆਪਦਾ ਦੱਸ ਦਿੰਦੇ ਪਰ ਇੱਕ ਕੰਮ ਕਰਨਾ ਪਊ ਨਵਾਂ ਪਲਾਜੋ ਲਿਆ ਤੁਹਾਰੇ ਲਈ ਸੱਚ ਮੈਂ ਗਾਂਵ ਮੇਂ ਜੋ ਪਹਿਨੋ ਵੀ ਨਾ ਤੋ ਸਭ ਲੋਕ ਤੁਮੀ ਕੋ ਦੇਖेंगे ਸਹੀ ਬਤਾ ਰਹਾ ਹੂੰ ਹੋਰ ਕਿਆ ਇੱਕ ਵਾਰ ਬੋਲੋ ਨਾ ਇਹ ਲੋ ਹੋ ਕਿਵੇਂ ਆ ਸੰਦਰ ਚਲੋ ਬਾਅਦ ਮੈਂ ਕਰਤਾ ਹੂੰ ਹੋਰ ਫਿਰ ਸੰਦਰ ਸਿਆ ਆ ਬੀਣਾ ਲੱਗਾ ਹਾਂ 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 ਹੋ ਠੀਕ ਆ ਭਰਜਾਈ ਹਾਂ ਹਾਂ अच्छा यार मैं
बंदे आंगू दस किन्ने पैसे 13,000 बस भाई मारो मेरे मुंह ते दो दो मुंडे नू पैसे रम कही साफ कर गया भगवान आज यकीन हो गया कि तू अरे भाई साहब पूरी क्या मंगा दू चाय मंगा दू ठंडा मंगा दू बता खुश है अच्छा हूं मेरी गल सुन इन्ना के काम तेरा हाँ हाँ बोलो बोलो आप चाहिए तेरी जगह थोड़े दिन भाई ये लो भाई ये लो ये नहीं जाओ 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 भाई भाई मुझको पैसे नहीं चाहिए तुमने मुझसे लिया नहीं मैंने तुमको दिया नहीं ठीक है अरे भाई पैसे तो इतनी मुश्किल से दे रहे हो जमीन ले लोगे तो छुड़वाएगा कौन है तू भरा यार सुंदर अपना मैं भी तो करके सोर मिस्त्री को पवा सकता सी मैं पवाया नहीं मैं कभी सुंदर भरा अपना सुंदर तो कौन सस्ता हूँ इसलिए एक चाय एक्स्ट्रा पी लूँ तो उसका पैसे छोड़ देते हो की तरह दिमाग के पैसे बड़े हैं दे देंगे ना ओ कमला बेशक तो यूपी तो हुआ पर है तो दूसरा नहीं भरा ना इतना आप तो गाल लगे तेल टूटता गया अरे ये वादा ही पड़ी अरे यार रो मत मीठा भाई इतनी आस लग गया ही ना यार अरे नहीं 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 बोलो 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 यार बोलो क्या करना है अपन बस चार के दिन की जगह चाहिए अपन इतनी मिर्जा रखनी है ने असल दे विच ना मैं लिया होया लोन सरकार तो बैजा भाई बैजा मिठे ठीक लेकिन एक बात मुझे गोबर बिल्कुल पसंद नहीं है तो जैसे ही गाय भैंस गोबर करे तुरंत उठ जाना चाहिए चलो 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 महाराजा बने बैठा मजा आ गया ओ जीता और मीठा इधर आओ हाँ और की हो गया क्यों हो गया? यार कोई ना चक देने है? मैंने पहले ही दिन बोला था कि मुझे गोबर और गंदगी पसंद नहीं चलो उठाओ फटाफट उठाओ तेरी बड़ी बॉस दी चावल सुंदर चक देने यार चक देने या नहीं चलो उठाओ तुम ये उठाओ फावड़ा उठाओ आओ आओ चलो 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 बेटा है तुम ये तसला उठाओ चलो करो 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 फटाफट करो हेलो हाँ ये देखो हाँ देखो देखो अरे हम राजा बन गए है मीठा इधर आओ है मीठा है थोड़ा स्माइल करो देखो है जीता देखो देखो हाँ ये देखो ये दो सरदार अब काम पे रखे हैं मैंने जिखाओ जो कहे दस सजवाओ नू तेल नहीं रखता ते लोग ये मजे से मासा कर दे हूँ फिर वो तो अड्डा सही गल बापू ना मेनू इन्हें भरा लिखाने की लोड़ सी जे मजा ने गोहा कूड़े चुकाना सी मेरे ब्याह कराने तेरी शर्तों की तो तू ही लाउंदी सी जी तो पहले ही कहना सी गा मैं नहीं हजे ब्याह कराना हुण चार दिन होर कर लो किधरे नहीं छड्डियां बहाव पड़दियां चल पुत असी तो आराम करिए गोहा कूड़ा करना रोज दा ही सब दुध तो लोग आप लै जांदे आ असी धक्के खाने सारा दिन भाई प्यार भी कितनी अजीब चीज है ना तो सारा कुछ उसको दिखा के कर रहे हैं ना अच्छा तुम मेनू होर लेट कर देना मैं चंगा और पतंदरा कोई काम धंधा ही कर ले रोज लड़ाई झगड़े करके आ जाना डैडी मैं तो नहीं सुनाऊंगा कुछ मैं अपनी मर्जी करूंगा तनखा फिर चंगा डैडी शमशेर पो चंगा मैं तो
इन समझा कुछ रोज कोई ना कोई पंगा पा के आ जाता मैं क्या कहना इन हफ्ता अंदर रख ल अगर टिकाने आ जाऊ ये कही जी गल कर दो चंगा माता मैं चलता चंगा पुत्र।